ਗੁੱਡ ਮਾਰਨਿੰਗ ਡੀਅਰ ਸਟੂਡੈਂਟਸ ਅੱਜ ਅਪਾ ਸਵਿਕਸ ਦਾ ਲੈਸਨ 26 ਸਟਾਰਟ ਕਰਾਂਗੀ ਰੋਲ ਆਫ ਜੈਂਡਰ ਲਿੰਗ ਦਾ ਰੋਲ ਫਰੋਮ ਐਂਸ਼ੀਅਨ ਟਾਈਮ ਜੈਂਡਰ ਇਨ ਇਕੁਐਲਟੀ ਹੈਜ਼ ਬੀਨ ਅ ਮੇਜਰ ਪ੍ਰੋਬਲਮ ਐਂਡ ਸੋਸ਼ਲ ਈਵਲ ਆਫ आवर ਕੰਟਰੀ ਪੁਰਾਣੇ ਟਾਈਮ ਤੋਂ ਲੈ ਕੇ ਕਹਿੰਦੇ ਜੋ ਲਿੰਗ ਦੀ ਅਸਮਾਨਤਾ ਹੈ ਸਾਡੇ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਆ ਸਮਾਜਿਕ ਬੁਰਾਈ ਬਣ ਚੁੱਕੀ ਆ ਇਹਦਾ ਮਤਲਬ ਕੀ ਹੈ ਅਨ ਜਸਟ ਐਂਡ ਅਨ ਡਿਗਨੀਫਾਈਡ ਡਿਸਕ੍ਰਿਮੀਨੇਸ਼ਨ ਬਿਟਵੀਨ ਆ ਨੈਕਸਟ ਕਲ ਕਰਦੇ ਆ ਜੈਂਡਰ ਡਿਸਕ੍ਰਿਮੀਨੇਸ਼ਨ ਜੈਂਡਰ ਡਿਸਕ੍ਰਿਮੀਨੇਸ਼ਨ ਪ੍ਰਿਵੇਲਡ ਬੋਥ ਇਨ ਸੋਸ਼ਲ ਫੀਲਡ ਐਂਡ ਇਕਨੋਮਿਕ ਫੀਲਡ ਆਰਥਿਕ ਖੇਤਰ ਦੇ ਵਿੱਚ ਵੀ ਸਮਾਜਿਕ ਖੇਤਰ ਦੇ ਵਿੱਚ ਵੀ ਜੈਂਡਰ ਡਿਸਕ੍ਰਿਮੀਨੇਸ਼ਨ ਚੱਲਦਾ ਹੀ ਰਹਿੰਦਾ ਹੈ discrimination between a male child and a female child starts since childhood shuru to leke bachpan to hi shuru ho janda hai jis tarah the birth of girl child is considered as liability ladki de janam nu sharap maneya janda hai by her parents ode parents de vallon her parents treat as हर एन अनवेलकम गेस्ट अनचाहे मेहमान ਦੀ ਤਰ੍ਹਾਂ ਉਹਦੇ ਪੈਰਾਂ 'ਚ ਉਹਨੂੰ ਟ੍ਰੀਟ ਕਰਦੇ ਆ ਦੇ ਥਿੰਕ ਹਰ ਟੂ ਬੀ ਅ ਬਰਡਨ ਐਂਡ ਆਰ अनविलिंगली टू स्पੈਂਡ ਮਨੀ ਔ ਉਹ ਲੜਕੀ ਨੂੰ ਇੱਕ ਬਰਡਨ ਸਮਝਦੀ ਆ ਬੋਏ ਸਮਝਦੇ ਆ ਤੇ ਨਾਲ ਕਹਿੰਦੇ ਆ ਕਿ ਇਹ ਸੋਚਦੇ ਆ ਕਿ ਉਸ ਤੇ ਸਾਨੂੰ ਮਨੀ ਸਪੈਂਡ ਕਰਨੀ ਪਊਗੀ ਸੋ ਇਹ ਕਹਿੰਦੇ ਕਿ ਉਸ ਤੇ ਜੋ ਅਸੀਂ ਪੈਸਾ ਲਾਉਣਾ ਉਹ ਵੇਸਟੇਜ ਆਫ ਮਨੀ ਹੈ ਤਾਂ ਕਰਕੇ ਗਰਲ ਚਾਈਲਡ ਨੂੰ ਸ਼ੁਰੂ ਤੋਂ ਲੈ ਕੇ ਹੀ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਸੋਸਾਇਟੀ ਦੇ ਵਿੱਚ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜੋ ਫੀਮੇਲ ਚਿਲड्रन ਹੁੰਦੇ ਆ ਆਰ ਮਾਲਟਰੇਟਡ ਉਹਨਾਂ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਹੈ ਐਂਡ ਦੇ ਨੀਦਰ ギਵਨ ਪ੍ਰੋਪਰ ਐਜੂਕੇਸ਼ਨ ਨੌਰ ਪ੍ਰੋਪਰ ਫੂਡ ਦੇ ਆਸਕਡ ਟੂ ਡੂ ਹਾਊਸਹੋਲਡ ਵਰਕ ਰਾਈਟ ਫਰੋਮ देयर ਚਾਈਲਡਹੂਡ ਉਹਨਾਂ ਨੂੰ ਚੰਗਾ ਭੋਜਨ ਨਹੀਂ ਦਿੱਤਾ ਜਾਂਦਾ ਵਧੀਆ এডਿਕੇਸ਼ਨ ਨਹੀਂ ਦਿੱਤੀ ਜਾਂਦੀ ਤੇ ਨਾਲ ਨਾਲ ਉਹਨਾਂ ਨੂੰ ਸ਼ੁਰੂ ਤੋਂ ਹੀ ਘਰ ਦੇ ਕੰਮਾਂ ਵੱਲ ਨੂੰ ਲਗਾ ਲਿਆ ਜਾਂਦਾ ਹੈ ਐਂਡ ਮੈਨੀ ਕੇਸਸ ਦੇ ਆਰ ਨੋਟ ਸੈਂਟ ਟੂ ਸਕੂਲ ਐਟ 올 ਉਹਨਾਂ ਨੂੰ ਬਿਲਕੁਲ ਵੀ ਸਕੂਲ ਨਹੀਂ ਭੇਜਿਆ ਜਾਂਦਾ ਇਕਨੋਮਿਕ ਫੀਲਡ ਦੀ ਗੱਲ ਕਰੀਏ ਤਾਂ ਜੈਂਡਰ ਡਿਸਕ੍ਰਿਮੀਨੇਸ਼ਨ ਇਜ਼ ਆਲਸੋ ਫਾਊਂਡ ਇਨ ਇਕਨੋਮਿਕ ਫੀਲਡ ਲਾਈਕ এমਪਲੋਇਮੈਂਟ ਐਂਡ ਅਕੂਪੇਸ਼ਨ ਕੰਮ ਦੇ ਬੇਸ ਦੇ ਵੀ ਉਹਨਾਂ ਦੇ ਨਾਲ ਜੋ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਹੈ ਵਿਮਨ ਹੈਵ ਟੂ ਫੇਸ ਡਿਸਕ੍ਰਿਮੀਨੇਸ਼ਨ ਇਨ ਟਰਮ ਆਫ ਵੇਜਸ ਐਂਡ ਟ੍ਰੀਟਮੈਂਟ ਦਿਹਾੜੀ ਦੇ ਤੌਰ ਤੇ ਜੋ ਰੋਜ਼ਾਨਾ ਦੇ ਪੈਸੇ ਦੇਣੇ ਆ ਤੇ ਟ੍ਰੀਟਮੈਂਟ ਦੇ ਤੌਰ ਤੇ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਹੈ ਔਰ ਜੋ ਜੈਂਟਸ ਹੁੰਦੇ ਆ ਔਰ ਆਦਮੀ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਪੈਸੇ ਦਿੱਤੇ ਜਾਂਦੇ ਦਿਹਾੜੀ ਦੇ ਤੇ ਔਰਤਾਂ ਨੂੰ ਘੱਟ ਦਿੱਤੇ ਜਾਂਦੇ ਆ ਸਿንስ ਦੇ ਆਰ ਨੋ ਰਿਸਪੋਸ ਟੂ ਬੀ ਗੁੱਡ ਵਰਕਰ ਦੇ ਆਰ ਇਨਕੈਪੇਬਲ ਆਫ ਕਮਿੰਗ ਫਰਮ ਡਿਸਟੈਂਸ ਪਲੇਸਸ ਐਂਡ ਨਾਟ ਫਿਟ ਫਾਰ ਦਾ ਨਾਈ ਡਿਊਟੀਆਂ ਉਹਨਾਂ ਨੂੰ ਕਿਹਾ ਜਾਂਦਾ ਕਿ ਉਹ ਨਾ ਤਾਂ ਜਿਹੜਾ ਹੈਗਾ ਜਿਆਦਾ ਕੈਪੇਬਲ ਹੁੰਦੀਆਂ ਹੈ ਮਰਦਾਂ ਦੀ ਤਰ੍ਹਾਂ ਇਹ ਸੋਚਿਆ ਜਾਂਦਾ ਹੈ ਸੁਸਾਇਟੀ ਦੇ ਦੁਆਰਾ ਨਾ ਹੀ ਉਹ ਦੂਰ ਨੇੜੇ ਕੰਮਾਂ ਤੇ ਜਾ ਸਕਦੀਆਂ ਹੈ ਤੇ ਨਾ ਹੀ ਉਹ ਨਾਈਟ ਡਿਊਟੀ ਕਰ ਸਕਦੀਆਂ ਹੈ even today in most of the cases women are not given the share of the of their parents property ਉਹਨਾਂ ਦੇ ਪੈਰੈਂਟਸ ਦੀ ਪ੍ਰਾਪਰਟੀ ਦੇ ਵਿੱਚੋਂ ਵੀ ਉਹਨਾਂ ਨੂੰ ਇਕੁਅਲ ਸ਼ੇਅਰ ਨਹੀਂ ਦਿੱਤਾ ਜਾਂਦਾ ਇਹ ਇਕਨੋਮਿਕ ਇਕੁਐਲਟੀ ਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਨੈਕਸਟ ਗੱਲ ਕਰਦੇ ਹਾਂ ਵੇਰੀਅਸ ਫੈਕਟਰਸ ਆਫ ਜੈਂਡਰ ਡਿਸਕ੍ਰਿਮੀਨੇਸ਼ਨ ਦੇ ਕਿਹੜੇ ਫੈਕਟਰ ਹੁੰਦੇ ਆ ਸਭ ਤੋਂ ਪਹਿਲਾਂ ਫੀਮੇਲ ਇਨਫੈਂਟਿਸਾਈਡ female infanticide in most of the society the birth of girl child is still unwelcome welcome ਨਹੀਂ ਕੀਤਾ ਜਾਂਦਾ ਜੋ ਗਰਲ ਦਾ ਬਰਥ ਹੁੰਦਾ ਹੈ ਤਾਂ ਇਟ ਇਸ ਕਨਸਿਡਰ ਐਸ ਅ ਕਰਸ ਸ਼ਰਾਪ ਮੰਨਿਆ ਜਾਂਦਾ ਹੈ ਸੋਸ਼ਲ ਈਵਲ ਮੰਨਿਆ ਜਾਂਦਾ ਹੈ ਤੇ ਸੋਸ਼ਲ ਈਵਲ ਕੀ ਹੈ ਆਫ ਕਿਲਿੰਗ ਦਾ ਅਨਵਾਰਨ ਬੇਬੀ ਇਨ ਦਾ ਵਾਰਮ ਆਫ ਹਰ ਮਦਰ ਮਦਰ ਦੀ ਕੋਖ ਦੇ ਵਿੱਚ ਹੀ ਅਣਜੰਮੇ ਬੱਚੇ ਨੂੰ ਮਾਰ ਦੇਣਾ ਉਸ ਨੂੰ ਅਸੀਂ ਕਹਿੰਦੇ ਹਾਂ ਫੀਮੇਲ ਇਨਫੈਂਟਿਸਾਈਡ ਭੂਣ ਹੱਤਿਆ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਸ ਨੂੰ ਜਨਮ ਹੀ ਨਹੀਂ ਲੈਣ ਦਿੱਤਾ ਜਾਂਦਾ ਨੈਕਸਟ ਆਪਣੇ ਕੋਲ ਹੈਗਾ ਇਹ ਡਾਉਰੀ ਸਿਸਟਮ ਇਨ ਸਪਾਈਟ ਆਫ 올 ਐਫਰਟਸ ਦਾ ਈਵਲ ਆਫ ਡਾਉਰੀ ਕੁਡ ਨਾਟ ਬੀ ਰਿਮੂਵਡ ਫਰੋਮ आवर ਸੋਸਾਇਟੀ ਡਾਉਰੀ ਸਿਸਟਮ ਨੂੰ ਦਾਜ ਪ੍ਰਥਾ ਨੂੰ ਖਤਮ ਕਰਨ ਦੇ ਵਾਸਤੇ ਬਹੁਤ ਸਾਰੇ ਸਟੈਪ ਚੱਕੇ ਗਏ ਸੀ ਬਹੁਤ ਸਾਰੇ ਕੰਮ ਕੀਤੇ ਗਏ ਬਟ ਹਜੇ ਤੱਕ ਵੀ ਇਹਨੂੰ ਖਤਮ ਨਹੀਂ ਕੀਤਾ ਜਾ ਸਕਿਆ ਡਾਉਰੀ ਇਸ ਦਾ ਸਿਸਟਮ ਇਨ ਵਿੱਚ the parents of girl child have to given some uh, money valuable goods at the time of girl marriage girl di marriage te ode parents nu paisa ja hor kimti chizaan deniyan paindiyan due to the evil of dowry many girls are unmarried as their parents cannot afford dowry ਜ਼ਿਆਦਾਤਰ ਜੋ ਗਰਲਜ਼ ਨੇ ਉਹ ਅਨਮੈਡ ਰਹਿ ਜਾਂਦੀਆਂ ਸੀ ਕਿਉਂ ਕਿ ਉਹਨਾਂ ਦੇ ਪੇਰੈਂਟਸ ਗਰੀਬ ਹੁੰਦੇ ਸੀ ਉਹ ਦਾਜ ਉਹਨਾਂ ਵਾਸਤੇ ਅਰੇਂਜ ਨਹੀਂ ਕਰ ਸਕਦੇ ਹੁੰਦੇ ਸੀ ਇਨ ਮੈਨੀ ਅਦਰ ਕੇਸਸ ਦੇ ਹੈਵ ਟੂ ਸਫਰ ਅ ਲੋਟ ਈਵਨ ਆਫਟਰ ਮੈਰਿਜ ਜੇਕਰ ਔਰਤਾਂ ਜੋ ਜਿਨ੍ਹਾਂ ਦੀ ਮੈਰਿਜ ਹੁੰਦੀ ਸੀ ਲੜਕੀਆਂ ਦੀ ਤਾਂ ਉਹਨਾਂ ਨੂੰ ਉਹਨਾਂ ਦੇ ਜੋ ਇਨ-ਲॉज ਫੈਮਿਲੀ ਦੇ ਵਿੱਚ ਵੀ ਕਾਫੀ ਜ਼ਿਆਦਾ ਸਫਰ ਕਰਨਾ ਪੈਂਦਾ ਸੀ ਬਹੁਤ ਦੁੱਖ ਸਹਿਣੇ ਪੈਂਦੇ ਸੀ ਜੇਕਰ ਉਹ ਡਾਉਰੀ ਨਹੀਂ ਲੈ ਕੇ ਜਾਂਦੀਆਂ ਸੀ ਤਾਂ ਨੈਕਸਟ ਆ ਜਾਂਦਾ ਹੈ ਨੈਗਲੈਕਟ ਆਫ ਗਰਲਸ এডੂਕੇਸ਼ਨ ਆਫਨ ਅ ਗਰਲ ਚਾਈਲਡ ਇਜ਼ ਨੋਟ ਸੈਂਟ ਟੂ ਸਕੂਲ ਟੂ ਅਕਵਾਇਰ এডੂਕੇਸ਼ਨ ਆਮ ਤੌਰ ਤੇ ਗਰਲ ਚਾਈਲਡ ਨੂੰ ਸਕੂਲ ਨਹੀਂ ਭੇਜਿਆ ਜਾਂਦਾ এডੂਕੇਸ਼ਨ ਲੈਣ ਵਾਸਤੇ ਐਜ਼ ਸ਼ੀ ਇਜ਼ ਕਨਸਿਡਰ ਮੀਅਰਲੀ ਆ ਲਾਇਆਬਿਲਟੀ ਕਿਉਂਕਿ ਉਸ ਨੂੰ ਸਿਰਫ ਇੱਕ ਸ਼ਰਾਪ ਹੀ ਮੰਨਿਆ ਜਾਂਦਾ ਹੈ ਚਾਈਲਡ ਮੈਰिज द ਗਰਲਸ ਆਰ ਆਫਨ ਮੈਰੀਡ ਐਟ ਅ ਵੈਰੀ ਯੰਗ ਏਜ ਗਰਲਸ ਨੂੰ ਕੀ ਕੀਤਾ ਜਾਂਦਾ ਕਿ ਬਹੁਤ ਹੀ ਛੋਟੀ ਏਜ ਦੇ ਵਿੱਚ ਉਹਨਾਂ ਦੀ ਮੈਰिज ਕਰ ਦਿੱਤੀ ਜਾਂਦੀ ਹੈ ਜਿਸ ਤਰ੍ਹਾਂ 10 11 12 ਸਾਲ ਦੀ ਏਜ ਦੇ ਵਿੱਚ ਇਨ ਕੇਸ ਸ਼ੀ ਬਿਕਮ ਵਿਡੋ ਇਨ ਹਰ ਯੂਥ ਜੇਕਰ ਉਹ ਵਿਧਵਾ ਹੋ ਜਾਂਦੀ ਹੈ ਆਪਣੀ ਜਵਾਨੀ ਦੇ ਵਿੱਚ ਹੀ ਉਸਦੇ ਹਸਬੰਡ ਦੀ ਡੈਥ ਹੋ ਜਾਂਦੀ ਹੈ ਸ਼ੀ ਕੈਨ ਨਾਟ ਗੈਟ ਰੀ ਮੈਰਿਡ ਵੇਅਰ ਐਜ਼ ਮੈਲਸ ਕੈਨ इजीली ਡੂ ਸੋ ਕਹਿੰਦੇ ਉਸ ਨੂੰ ਫਿਰ ਦੁਬਾਰਾ ਮੈਰਿਜ ਕਰਵਾਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤੇ ਜਦੋਂ ਕਿ ਆਦਮੀ ਆ ਜਿਹੜੇ इजीली ਕਰ ਲੈਂਦੇ ਸੀ ਮੈਰਿਜ ਡੇਨੀਅਲ ਆਫ ਰਾਈਟ ਟੂ ਪ੍ਰੋਪਰਟੀ ਇਨ ਅਵਰ ਸੋਸਾਇਟੀ ਅ ਵੂਮਨ ਹੈਜ਼ ਨੋ ਰਾਈਟ ਟੂ ਇਨਹੇਰਿਟ ਦਾ ਪ੍ਰੋਪਰਟੀ ਆਫ ਹਰ ਪੈਰੈਂਟਸ ਐਂਡ ਹਸਬੈਂਡ ਵੂਮਨ ਨੂੰ ਆਪਣੇ ਹਸਬੈਂਡ ਤੇ ਜਾਂ ਆਪਣੇ ਪੈਰੈਂਟਸ ਦੀ ਮਾਤਾ ਪਿਤਾ ਦੀ ਪ੍ਰੋਪਰਟੀ ਦੇ ਵਿੱਚ ਉਸ ਦਾ ਕੋਈ ਵੀ ਸ਼ੇਅਰ ਨਹੀਂ ਮੰਨਿਆ ਜਾਂਦਾ ਉਹਦਾ ਕੋਈ ਅਧਿਕਾਰ ਨਹੀਂ ਮੰਨਿਆ ਜਾਂਦਾ So women in our society are treated as inferior to their male. ਕਿਨੇ ਇਸ ਤਰੀਕੇ ਨਾਲ women ਨੂੰ society ਦੇ ਵਿੱਚ ਹਮੇਸ਼ਾ ਹੀ ਨੀਵਾ ਮੰਨਿਆ ਜਾਂਦਾ ਏ as the male we male ਦੇ ਨਾਲੋਂ. For centuries women have been treated as body needs to the man in every sphere of life. ਲਾਈਫ ਦੇ ਹਰੇਕ ਸਫੀਅਰ ਵਿੱਚ ਸੋਸ਼ਲ, ਪੋਲੀਟੀਕਲ, ਇਕਨੋਮਿਕ, ਰਿਲੀਜੀਅਸ ਹਰੇਕ ਸਫੀਅਰ ਦੇ ਵਿੱਚ ਸ਼ੁਰੂ ਤੋਂ ਹੀ ਲੈ ਕੇ ਔਰਤਾਂ ਨੂੰ ਮੈਨ ਦੇ ਅਧੀਨ ਹੀ ਮੰਨਿਆ ਜਾਂਦਾ ਹੈ ਲਾਈਕ 올 ਅਦਰ ਕਾਮੋਡਿਟੀਆਂ ਵਿਮਨ ਹੈਵ ਆਲਸੋ ਬੀਨ ਟ੍ਰੀਟਡ ਮੀਅਰਲੀ ਐਜ਼ ਅ ਪ੍ਰੋਪਰਟੀ ਅਪਨ ਵਿਚ ਮੈਨ ਹੈਵ ਸੋ ਰਾਈਟ ਕਹਿੰਦੇ ਔਰਤ ਨੂੰ ਇੱਕ ਪ੍ਰੋਪਰਟੀ ਮੰਨਿਆ ਜਾਂਦਾ ਹੈ ਜਿਸ ਦੇ ਸਿਰਫ ਆਦਮੀ ਦਾ ਅਧਿਕਾਰ ਹੁੰਦਾ ਹੈ ਦੇ ਆਰ ਡਿਨਾਈਡ ਇਕੁਅਲ ਓਪਰਚ्युनिटीज ਇਨ ਦਾ ਫੀਲਡ ਆਫ ਐਜੂਕੇਸ਼ਨ ਇੰਪਲੋਇਮੈਂਟ ਡਿਸੀਜਨ 메ਕਿੰਗ ਆਈਦਰ ਇਨ ਥੇਅਰ ਪਰਸਨਲ ਲਿਵਸ ਔਰ ਇਨ ਫੈਮਿਲੀ ਈਵਨ ਕਿ ਫੈਮਿਲੀ ਦੇ ਫੈਸਲੇ ਦੇ ਨਾਲ ਨਾਲ ਜੋ ਉਹਨਾਂ ਦੀ ਪਰਸਨਲ ਲਾਈਫ ਦੇ ਜੋ ਡਿਸੀਜਨ ਹੁੰਦੇ ਸੀ ਉਹ ਵੀ ਉਹਨਾਂ ਨੂੰ ਲੈਣ ਦਾ ਅਧਿਕਾਰ ਨਹੀਂ ਹੁੰਦਾ ਸੀ